ਨਾਨਕ ਰੂੰ ਤੁਧੀ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮੇ ਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨ। ਮੇਰਾ ਮਨ ਧੀਰੇ ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਤਰੇ ਧਨ 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 ਜਣ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵ ਨਿਕਾਇ ਹੈ ਸੁਭਾਉ, ਜਨ ਕੈ ਸੰਗਤ ਤੇ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਲੱਖ ਖੁਸ਼ੀਆਂ ਹੋਈਆਂ ਜੀ ਮੇਰੇ ਸਤਿਗੁਰੂ ਜੀ ਕਰ ਆਏ। ਖੁਸ਼ੀਆਂ ਹੋਈਆਂ ਜੀ ਮੇਰੇ ਸਤਿਗੁਰੂ ਜੀ ਅੱਜ ਆਏ। ਲੱਖ ਖੁਸ਼ੀਆਂ ਹੋਈਆਂ ਜੀ ਅੱਜ ਸਤਿਗੁਰੂ ਜੀ ਮੇਰੇ ਆਏ। ਖੁਸ਼ੀਆਂ ਹੋਈਆਂ ਜੀ ਅੱਜ ਸਤਿਗੁਰੂ ਜੀ ਮੇਰੇ ਆਏ। ਖੁਸ਼ੀਆਂ ਹੋਈਆਂ ਜੀ ਮੇਰੇ ਸਤਿਗੁਰ, ਲੱਖ ਖੁਸ਼ੀਆਂ ਹੋਈਆਂ ਜੀ ਅੱਜ ਸਤਿਗੁਰੂ ਜੀ ਮੇਰੇ ਆਏ। ਅੱਜ ਸਤਿਗੁਰੂ ਜੀ ਮੇਰੇ ਆਏ। ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ। ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ, ਸਤਿਗੁਰੂ ਜੀ ਮੇਰੇ ਆਏ, ਅੱਜ ਸਤਿਗੁਰੂ ਜੀ ਮੇਰੇ ਆਏ। ਲੱਖ ਖੁਸ਼ੀਆਂ ਹੋਈਆਂ ਜੀ ਅੱਜ ਸਤਿਗੁਰੂ ਜੀ ਮੇਰੇ ਆਏ। ਖੁਸ਼ੀਆਂ ਹੋਈਆਂ ਜੀ ਅੱਜ
ਅੱਜ ਸਤਿਗੁਰੂ ਜੀ ਮੇਰੇ ਆਏ। ਲੱਖ ਖੁਸ਼ੀਆਂ ਹੋਈਆਂ ਜੀ ਅੱਜ ਸਤਿਗੁਰੂ ਜੀ ਮੇਰੇ ਆਏ। ਲੱਖ ਖੁਸ਼ੀਆਂ ਹੋਈਆਂ ਜੀ ਅੱਜ ਸਤਿਗੁਰੂ ਜੀ ਮੇਰੇ ਆਏ। ਧਨ ਹਰ ਨਾਮ ਪਰਵਾਨ ਗਣੀ ਸਹੀ ਆਏ। ਸਫਲ ਤਿਨਾ ਕੇ ਕੰਮ ਧਨ 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 ਜਣ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਆਓ। ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਾਹਿਗੁਰੂ 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 ਵਾਹਿਗੁਰੂ।
ਧਰਮ ਸਤਿਕਾਰ ਜੋ ਗੁਰਾਂ ਨੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਨਾ ਦਾਨ ਦਇਆ ਦੇ ਸਾਗਰ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਤਾ ਦੇ ਰਹਿਬਰ ਦਸਾਂ ਪਾਤਸ਼ਾਹੀ ਜਗਦੀ ਜੋਤ ਗੁਰਤਾ ਗੱਦੀ 'ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕ ਜਿਤਨੇ ਬਿਮਾਰੀ ਪਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ ਵਡਭਾਗੀ ਹੋ ਜੋ ਅੱਜ ਦਾ ਦਿਹਾੜਾ ਹੈ ਦਿਨ ਹੈ। ਵੈਸੇ ਤਾਂ ਆਪਣੇ ਰੋਜ਼ ਹੀ ਦਿਹਾੜੇ ਭਾਈ ਜਿਹੜਾ ਅੰਮ੍ਰਿਤ ਵੇਲੇ ਜਾਗਦਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਾ ਧੰਨ ਸੋ ਦਿਨ ਸੋ ਸੰਜੋਗੜਾ ਡੱਠਾ ਗੁਰਦਰਸਾਰ ਜਿਨ੍ਹਾਂ ਨੇ ਗੁਰੂ ਦਰਸ਼ਨ ਕਰ ਲਏ ਉਹ ਦਿਨ ਸੰਜੋਗੜਾ ਕਰਮਾਂ ਵਾਲਾ ਸੋਹਣਾ ਹੈ। ਅੱਜ ਦਾ ਦਿਨ ਹੈ ਜੋ ਅੱਜ ਦੇ ਦਿਨ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਆਓ ਆਪਾਂ ਤੁਸੀਂ ਬੁੱਧ ਮੁਤਾਬਕ ਗੁਰੂ ਦੀ ਕਿਰਪਾ ਨਾਲ ਸ਼ਹੀਦਾਂ ਦੀ ਕਿਰਪਾ ਨਾਲ ਆਪਾਂ ਕੁਝ ਵਿਚਾਰ ਨਾਲ ਜੁੜੀਏ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਧੰਨ 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 ਜਨ ਆਇਆ। ਹੁਣ ਇੱਥੇ ਗੱਲ ਆਪਣੇ 'ਤੇ ਬੁਲਾ ਲਈਏ ਭਾਈ ਜਿਹੜੇ ਰੱਬ ਦੇ ਪਿਆਰੇ ਕਹਿ ਲਈਏ ਭਾਈ ਧੰਨ ਧੰਨ ਜਨ ਆਇਆ। ਹੁਣ ਇੱਥੇ ਆਏ ਹਾਂ ਤੁਸੀਂ ਧੰਨਤਾ ਦੇ ਯੋਗ ਹੋ ਗੁਰੂ ਦਰਬਾਰ ਦੀਆਂ ਆਜ਼ੀਆਂ ਭਰ ਰਹੇ ਹੋ ਬੈਠੇ ਹੋ ਬਾਣੀ ਸਰਵਣ ਕਰ ਰਹੇ ਹੋ ਧੰਨਤਾ ਦੇ ਯੋਗ ਹੋ। ਫਿਰ ਸੰਸਾਰ ਵਿੱਚੋਂ ਚਲੇ ਜਾਣਾ ਹੈ ਫਿਰ ਵੀ ਧੰਨਤਾ ਦੇ ਯੋਗ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਹੁਣ ਜਿਹਦੇ ਕਿਰਪਾ ਦੇ ਨਾਲ ਜਗਤ ਤਰ ਸਕਦਾ ਹੋਵੇ ਇਹ ਗੱਲ ਉਹਨਾਂ ਦੀ ਕੀਤੀ ਹੈ ਜਿਨ੍ਹਾਂ ਨੇ ਸੰਸਾਰ ਨੂੰ ਤਾਰਿਆ ਹੈ ਜਿਸ ਪ੍ਰਸਾਦ ਪ੍ਰਸ਼ਾਦ ਕਹਿੰਦੇ ਨੇ ਕਿਰਪਾ ਨਾਲ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸੁਭਾਉ। ਉਹਨਾਂ ਦਾ ਸੁਭਾਉ ਮਨੋਰਥ ਇਹ ਹੁੰਦਾ ਜਨ ਕਹਿ ਸੰਗ ਚ ਤੇ ਆਵੈ ਨਾਉ ਜਿਨ੍ਹਾਂ ਦੇ ਨਾਂ ਰਲ ਕੇ ਪਰਮੇਸ਼ੁਰ ਦੀ ਬੰਦਗੀ ਹੋ ਸਕੇ ਜਿਨ੍ਹਾਂ ਦੇ ਨਾਂ ਰਲ ਕੇ ਸਾਡਾ ਜੰਮਣ ਮਰਨ ਕੱਟਿਆ ਜਾਵੇ ਜਨ ਆਵਨ ਕਹਿ ਹੈ ਸੁਭਾਉ। ਧੰਨ ਧੰਨ ਜਨ ਆਇ ਜਿਸ ਪ੍ਰਸਾਦ ਜਪ ਜਗਤ ਰਾਇ ਜਨ ਆਪਨ ਕਹਿ ਸੁਆਵ ਜਨ ਕਹਿ ਸੰਗ ਚਿਤੇ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ। ਗੱਲ ਗੁਰੂ ਦੀ ਵੀ ਕੀਤੀ ਹੈ ਪਾਤਸ਼ਾਹ ਨੇ ਰੱਬ ਦੇ ਪਿਆਰਿਆਂ ਦੀ ਵੀ ਕੀਤੀ ਹੈ ਮੁਕਤ ਬੱਪੜੀ ਭੀ ਗਿਆਨੀ ਤਿਆਗੇ ਜਿਹੜੇ ਬ੍ਰਹਮ ਗਿਆਨੀ ਬਣ ਜਾਂਦੇ ਤੱਤ ਵੇਤੇ ਬਣ ਜਾਂਦੇ ਨੇ ਨਾ ਰੱਬ ਦੇ ਪਿਆਰੇ ਉਹ ਆਪ ਮੁਕਤ ਹੋ ਜਾਂਦੇ ਅਤੇ ਮੁਕਤੀ ਨੂੰ ਵੀ ਠੋਕਰ ਮਾਰਦੇ ਨੇ ਉਹ ਕਹਿੰਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕੰਮ ਲਾਰੇ ਉਹ ਇਹ ਕਹਿੰਦੇ ਰੱਬ ਦੇ ਪਿਆਰੇ ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਮੈਂ ਰਾਜ ਮੁਕ
ਪੁੱਤ ਨੂੰ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਕੀ ਮੈਂ ਰਾਜ ਨੂੰ ਪੁੱਤ ਨੂੰ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਜਿਵੇਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਜਿਵੇਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਜਿਵੇਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਜਿਵੇਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਤੇਰੇ ਚਰਨਾਂ ਦੀ ਪ੍ਰੀਤੀ ਤੇਰੇ ਚਰਨਾਂ ਦੀ ਪ੍ਰੀਤੀ ਚਰਨਾਂ ਦੀ ਪ੍ਰੀਤੀ ਤੇਰੇ ਚਰਨਾਂ ਦੀ ਪ੍ਰੀਤੀ ਤੇਰੇ ਚਰਨਾਂ ਦੀ ਪ੍ਰੀਤੀ ਤੇਰੇ ਚਰਨਾਂ ਦੀ ਚਰਨਾਂ ਦੀ ਪ੍ਰੀਤੀ ਤੇਰੇ ਚਰਨਾਂ ਦੀ ਜੀ ਮੈਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਜੀ ਮੈਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਮੈਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਜੀ ਮੈਂ ਰਾਜ ਮੁਕਤ ਨੀ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਮੁਖਤ ਬੱਪੜੀ ਭੀ ਗਿਆਨੀ ਤਾਂ ਤਿਆਗੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰਿਓ ਹੋਰਾਂ ਨੂੰ ਤਾਂ ਮੁਕਤ ਕਰ ਦਿੰਦੇ ਨੇ ਪਰ ਆ ਮੁਕਤੀ ਦੀ ਆਸ ਨਹੀਂ ਰੱਖਦੇ ਵੈਸੇ ਕਹਿੰਦੇ ਨੇ ਸਾਡੀ ਪ੍ਰੀਤੀ ਬਣੀ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੋਇਆ ਅੰਮ੍ਰਿਤਸਰ ਦੀ ਧਰਤੀ ਤੇ ਪਿਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਨਾਮ ਇਤਿਹਾਸ ਕਰ ਦੱਸਦੇ ਨੇ ਤੇਗਮਲ ਰੱਖਿਆ ਗਿਆ ਸੀ ਤਿਆਗਮਲ ਵੀ ਕਹਿੰਦੇ ਨੇ ਤੇਗਮਲ ਵੀ ਕਹਿੰਦੇ ਨੇ ਤਿਆਗਮਲ ਨਾਮ ਰੱਖਿਆ ਗੁਰੂ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਜਦੋਂ ਪ੍ਰਕਾਸ਼ ਹੋਏ ਨੌਵੇਂ ਪਾਤਸ਼ਾਹ ਦਾ ਹਰਿਮੰਦਰ ਸਾਹਿਬ ਦੇ ਵਿੱਚ ਪਾਤਸ਼ਾਹ ਛੇਵੇਂ ਹਰੀ ਜਸ ਕੀਰਤਨ ਸਰਵਣ ਕਰ ਰਿਹਾ ਸੀ ਆਸਾ ਦੀ ਵਾਰ ਦਾ ਕੀਰਤਨ ਜਿਹੜੀ ਮਰਿਆਦਾ ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ਹੋਈ ਹੈ ਜਿਹੜੀ ਆਪਾਂ ਹਰ ਰੋਜ਼ ਭਾਈ ਗੁਰੂ ਦੀ ਕਿਰਪਾ ਨਾਲ ਸਾਰੇ ਰਲ ਕੇ ਆਸਾ ਦੀ ਵਾਰ ਨਾਲ ਜੁੜਦੇ ਹਾਂ ਆਸਾ ਪੂਰਨ ਕਰਨ ਵਾਲੀ ਆਸਾ ਦੀ ਵਾਰ ਬਾਣੀ ਸਾਰੀ ਆਸਾ ਪੂਰਨ ਕਰਨ ਵਾਲੀ ਹੈ ਪਰ ਮਹਾਰਾਜ ਨੇ ਨਾਲ ਨਾਲ ਮਰਿਆਦਾ ਵੀ ਬੰਨੀਆਂ ਨੇ ਭਾਈ ਜੇ ਨਿਤਨੇਮ ਸਵੇਰ ਵਾਲਾ ਸ਼ਾਮ ਨੂੰ ਕਰਾਂਗੇ ਥੋੜ੍ਹਾ ਮਰਿਆਦਾ ਬਣ ਜਾਣੀ ਹੈ ਜਾਂ ਸ਼ਾਮ ਵਾਲਾ ਨਿਤਨੇਮ ਸਵੇਰ ਨੂੰ ਕਰਾਂਗੇ ਮਰਿਆਦਾ ਨਾਲ ਬਾਣੀ ਜਿੰਨੀ ਮਰਜ਼ੀ ਪੜ੍ਹ ਲਈਏ ਚਾਹੇ ਇਸ ਦਿਨ 'ਚ ਪੜ੍ਹੀ ਜਾਈਏ ਕੋਈ ਬਾਣੀ ਪੜ੍ਹ ਲਈਏ ਫਿਰ ਪਰ ਜਿਹੜੀ ਨਿਤਨੇਮ ਅਨੁਸਾਰ ਮਰਿਆਦਾ ਅਨੁਸਾਰ ਹੈ ਉਹ ਜ਼ਰੂਰੀ ਹੈ ਅਤੇ ਮਹਾਰਾਜ ਜਦੋਂ ਕੀਰਤਨ ਸਰਵਣ ਕਰ ਰਹੇ ਆਸਾ ਦੀ ਵਾਰ ਦਾ ਆਦਿਕ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ ਕੰਨ ਵਿੱਚ ਗਹਿਣਾ ਕੀਤਾ ਪਾਤਸ਼ਾਹ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਹੈ ਮਹਾਰਾਜ ਉੱਠੇ ਨਹੀਂ ਉੱਥੋਂ ਆਪਾਂ ਨੂੰ ਕੋਈ ਖੁਸ਼ੀ ਦੀ ਗੱਲ ਮਿਲ ਜਾਵੇ
ਜਾਂ ਕੋਈ ਗਮੀ ਦੀ ਗੱਲ ਮਿਲ ਜਾਵੇ ਵੀ ਆਪਾਂ ਭਾਈ ਜ਼ਰੂਰ ਪਹੁੰਚਾਂਗੇ। ਪਰ ਮਹਾਰਾਜ ਜਿੰਨਾ ਚਿਰ ਸਮਾਪਤੀ ਨਹੀਂ ਹੋਈ ਆਸਾ ਦੀ ਵਾਰ ਦੀ, ਛੇਵੇਂ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰੀ ਗਏ ਨੇ। ਅਤੇ ਜਦੋਂ ਹੁਣ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ, ਫਿਰ ਮਹਾਰਾਜ ਜਦੋਂ ਗੁਰੂ ਕੇ ਬਾਗ ਆਏ ਨਾ, ਜਿੱਥੇ ਪ੍ਰਕਾਸ਼ ਦਿਹਾੜਾ ਹੋਇਆ ਪਾਤਸ਼ਾਹ ਦਾ ਤੇਗ ਬਹਾਦਰ ਮਹਾਰਾਜ ਜੀ ਦਾ, ਅਤੇ 1621 ਈਸਵੀ ਨੂੰ ਅੰਮ੍ਰਿਤਸਰ ਪੰਜਾਬ ਵਿਖੇ, ਅਤੇ ਜਦੋਂ ਮਹਾਰਾਜ ਆਏ ਅਤੇ ਜਦੋਂ ਮਹਾਰਾਜ ਨੇ ਦਰਸ਼ਨ ਕੀਤੇ ਨਾ ਨੌਵੇਂ ਪਾਤਸ਼ਾਹ ਦੇ, ਤਿਆਗ ਮੱਲ ਦੇ ਸਾਹਿਬਜ਼ਾਦੇ ਦੇ, ਅਤੇ ਮਹਾਰਾਜ ਨੇ ਨਾ ਨਮਸਕਾਰ ਕੀਤੀ, ਛੇਵੇਂ ਪਾਤਸ਼ਾਹ ਨੇ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਤੇ ਆਦਿਕ ਬਾਬਾ ਬੁੱਢਾ ਜੀ ਕਹਿਣ ਲੱਗੇ, ਬਿਧੀ ਚੰਦ ਵਰਗੇ ਕਹਿਣ ਲੱਗੇ, ਪਾਤਸ਼ਾਹ ਤੁਹਾਡੇ ਪਹਿਲਾਂ ਚਾਰ ਸਾਹਿਬਜ਼ਾਦੇ ਹਨ, ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ ਸਨ, ਇੱਕ ਬੀਬੀ ਵੀਰੋ ਜੋ ਗੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਭੈਣ ਲੱਗਦੇ ਸਨ, ਅਤੇ ਪੰਜ ਸਪੁੱਤਰ ਸਨ, ਇੱਕ ਬੀਬੀ ਵੀਰੋ ਜੀ ਸਨ, ਸਭ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਪਾਤਸ਼ਾਹ ਤੁਹਾਡੇ ਚਾਰ ਸਾਹਿਬਜ਼ਾਦੇ ਪਹਿਲਾਂ ਨੇ, ਉਹਨਾਂ ਦੇ ਤੁਸੀਂ ਚਰਨਾਂ 'ਤੇ ਨਮਸਕਾਰ ਨਹੀਂ ਕੀਤੀ, ਤੁਸੀਂ ਇਹਨਾਂ ਦੇ ਚਰਨਾਂ 'ਤੇ ਨਮਸਕਾਰ ਕਿਉਂ ਕਰ ਰਹੇ ਹੋ? ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਇਹਨਾਂ ਦੇ ਚਰਨਾਂ 'ਤੇ ਨਮਸਕਾਰ ਤਾਂ ਕਰ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਧਰਮ ਬਚਾਉਣਾ ਹੈ ਅਤੇ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦਾ ਵਾਰਸ ਵੀ ਬਣਨਾ ਹੈ, ਇਹ ਯੋਗ ਹਨ, ਇਹਨਾਂ ਦੇ ਚਰਨਾਂ 'ਤੇ ਨਮਸਕਾਰ ਤਾਂ ਕਰ ਰਹੇ ਹਾਂ। ਮਹਾਰਾਜ ਕਹਿੰਦੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਮਹਾਰਾਜ ਨੇ ਆਤ ਗਰੀਬੜਿਆਂ ਨੂੰ ਦਾਨ ਵੰਡੇ ਗਏ, ਲੰਗਰ ਚਲਾਏ ਗਏ, ਬਹੁਤ ਖੁਸ਼ੀਆਂ ਮਨਾਈਆਂ ਮਹਾਰਾਜ ਨੇ। ਅੱਜ ਦੇ ਦਿਨ ਆਪਾਂ ਇਤਿਹਾਸ ਵਿੱਚ ਛੋਟੀ ਜਿਹੀ ਕਸਾਕੀ ਸਰਵਰ ਕਰਦੇ ਹਾਂ, ਅਥਾਹ ਸਾਗਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ, ਚਾਹੇ ਉਹ ਦਸਵੇਂ ਪਾਤਸ਼ਾਹ, ਕਿਉਂ ਜੋਤ ਤਾਂ ਇੱਕੇ ਆ ਰਹੀ ਹੈ ਦਸਵੇਂ ਪਾਤਸ਼ਾਹ ਤੱਕ, ਅਤੇ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਜੀ ਹਨ, ਇੱਕੇ ਜੋਤ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਸਮਝਣਾ ਵੀ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦਾ, ਗੁਰੂ ਤੇਗ ਬਹਾਦਰ ਜੀ ਨੂੰ ਮੰਨਦਾ ਨਹੀਂ, ਜਾਂ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਹੀਂ ਮੰਨਦਾ, ਜਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦਾ, ਇੱਦਾਂ ਦੇ ਹੈਗੇ ਨੇ, ਕਿਉਂਕਿ ਉਹਨਾਂ ਨੇ ਸ੍ਰੀ ਸਾਹਿਬ ਚੱਕੀ, ਉਹਨੂੰ ਚੱਕਣ ਦੀ ਲੋੜ ਪਈ। ਭਾਈ ਜੇ ਅੱਜ ਆਪਾਂ ਕਹੀਏ ਵੀ ਆਪਾਂ ਹੱਥਾਂ ਨਾਲ ਖੇਤੀ ਕਰ ਲਵਾਂਗੇ, ਨਹੀਂ ਕਰ ਸਕਦੇ ਨਾ, ਜਿਹੋ ਜਿਹਾ ਸਮਾਂ ਸੀ ਮਹਾਰਾਜ ਨੇ ਉੱਦਾਂ ਦਾ ਬਤੀਤ ਕੀਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸ਼ਬਦ ਦੀ ਚੋਟ ਨਾਲ ਸਮਝਾਇਆ ਗਿਆ ਅਤੇ ਸ਼ਬਦ ਦੀ ਚੋਟ ਨਾਲ ਇਹ ਭਾਈ ਲੋਕਾਂ ਨੂੰ ਪਖੰਡਾਂ ਵਿੱਚੋਂ ਕੱਢਿਆ ਗਿਆ, ਜਦੋਂ ਜ਼ੁਲਮ ਵੱਧ ਗਿਆ, ਫਿਰ ਭਾਈ ਭੈ ਕਾਹੂੰ ਕੋ ਦੇਤਨ ਨਹਿ ਭੈ ਮਾਣ ਧਿਆਨ, ਨਾ ਕਿਸੇ ਨੂੰ ਭੈ ਦਿੱਤਾ ਜਾਂਦਾ ਅਤੇ ਨਾ ਸਿੱਖ ਮੰਨਦਾ, ਫਿਰ ਗੁਰੂ ਵੀ ਨਹੀਂ ਮੰਨਦੇ, ਜੇ ਕੋਈ ਚੜ੍ਹ ਕੇ ਆ ਗਿਆ ਫਿਰ ਉਹਦਾ ਜਵਾਬ ਵੀ ਦੇਣਾ ਪੈਂਦਾ। ਗੁਰੂ ਪਾਤਸ਼ਾਹ ਨੇ, ਗੁਰੂ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਕੀਤੀਆਂ ਤੀਆਂ, ਜਦੋਂ ਚੜ੍ਹ ਕੇ ਆ ਗਿਆ ਕੋਈ ਫਿਰ ਜਵਾਬ ਦੇਣਾ ਪੈਂਦਾ। ਆਪਣੇ ਘਰ ਕੋਈ ਆ ਜੇ ਆਪਾਂ ਨੂੰ ਮਾਰਨ ਵਾਸਤੇ, ਆਪਾਂ ਥੋੜ੍ਹਾ ਨਾ ਹੱਥੇ ਬੈਠਾ ਰਹਾਂਗੇ? 14 ਜੰਗਾਂ ਕਲੰਗੀ ਧਰ ਪਾਤਸ਼ਾਹ ਨੇ ਕੀਤੀਆਂ। ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚੋਂ ਇੱਕ ਸਾਖੀ ਹੈ, ਭਾਈ ਬਲਾਕੀ ਜੀ ਆਉਂਦੇ ਨੇ ਇੱਕ, ਜੋ ਡਾਕੇ ਦੀ ਧਰਤੀ 'ਤੇ ਹਨ। ਗੁਰੂ ਪਾਤਸ਼ਾਹ ਜੀ ਦਾ ਨਾਮ ਸੁਣਿਆ, ਅੰਦਰੋਂ ਲੱਗਣ ਲੱਗੀ ਗੁਰੂ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਗੁਰੂ ਸਾਹਿਬ ਕਿਤੇ ਚਰਨ ਪਾ ਦੇਣ। ਹੁਣ ਆਪਾਂ ਵੀ ਕਈ ਸਮਾਂ 'ਤੇ ਆਸ ਰੱਖਦੇ ਜਿਹਨੇ ਭਾਵਨਾ ਵਾਲੇ ਹਨ ਵੀ ਕਦੇ ਗੁਰੂ ਸਾਹਿਬ ਸਾਡੇ ਘਰ ਆ ਜਾਣ, ਅਸੀਂ
ਸਹਿਜ ਪਾਠ ਕਰਾਈਏ, ਅਖੰਡ ਪਾਠ ਸਾਹਿਬ ਕਰਾਈਏ, ਉਹ ਵੀ ਆਸ ਰੱਖਦੇ ਨਾ। ਅਤੇ ਹੁਣ ਇਹਨੇ ਆਪਣਾ ਮਕਾਨ ਬਣਾਇਆ, ਉਹ ਸਮਿਆਂ ਦੇ ਵਿੱਚ ਇੱਕ ਕਮਰਾ ਲਈਦਾ ਤਿਆਰ ਕੀਤਾ ਗਿਆ ਭਾਈ ਵਿਲਾਕੀ ਦਾਸ ਨੇ। ਜਦੋਂ ਲਈਦਾ ਤਿਆਰ ਕੀਤਾ ਗਿਆ, ਜਿਵੇਂ ਹੁਣ ਆਪਾਂ ਭਾਈ ਕੋਠੀਆਂ ਪਾਉਂਦੇ ਹਾਂ ਨਾ, ਜਗ੍ਹਾ ਪਾਉਂਦੇ ਹਾਂ, ਇੱਕ ਪੂਜਾ ਰੂਮ ਬਣਾ ਦਿੰਦੇ ਹਾਂ, ਮਾਫ ਕਰਿਓ, ਪੂਜਾ ਰੂਮ 'ਚ ਬਹਿੰਦੇ ਤਾਂ ਘੱਟੇ ਹਾਂ ਅਸੀਂ, ਲੋਕਾਂ ਨੂੰ ਦਿਖਾਉਣ ਵਾਸਤੇ ਜ਼ਰੂਰ ਬਣਾ ਦਿੰਦੇ ਹਾਂ। ਆਹ ਸਾਡਾ ਪੂਜਾ ਰੂਮ ਹੈ ਜੀ, ਉੱਥੇ ਫੋਟੋਆਂ ਰੱਖਤੀਆਂ, ਗੁਟਕੇ ਸਾਹਿਬ ਰੱਖਤੇ, ਪਰ ਉੱਥੇ ਕਦੇ ਆਪ ਨਹੀਂ ਬਹਿੰਦੇ, ਵਿਰਲੇ ਹੋਣਗੇ ਜਿਹੜੇ ਭਾਈ ਉੱਥੇ ਪੂਜਾ ਰੂਮ 'ਚ ਬਹਿ ਕੇ। ਵੈਸੇ ਤਾਂ ਪੂਜਾ ਰੂਮ ਬਣਾਉਣ ਦੀ ਲੋੜ ਹੀ ਨਹੀਂ, ਆਪੋ ਆਪਣੇ ਕਮਰਿਆਂ ਵਿੱਚ ਬੈਠੇ ਹਾਂ ਜੇ ਉੱਥੇ ਪਰਮੇਸ਼ੁਰ ਦੀ ਬੰਦਗੀ ਹੋ ਜਾਵੇ। ਜੇ ਪਿਛਲੇ ਸਮਿਆਂ ਦੀ ਗੱਲ ਕਰੀਏ, ਕਿਹੜੇ ਪੂਜਾ ਰੂਮ ਬਣਦੇ ਸੀ, ਇੱਕ ਇਹ ਵੱਡਾ ਹਾਲ ਹੁੰਦਾ ਸੀ, ਉੱਥੇ ਵੇਖੀ ਨਾਮ ਜਪਿਆ ਜਾਂਦਾ ਸੀ। ਫਿਰ ਉਹ ਭਾਈ ਸੁਹਾਵਣਾ ਘਰ ਆ ਸਾਰਾ ਹੀ, ਨਹੀਂ ਤਾਂ ਫਿਰ ਉੱਥੇ ਭੂਤ ਵਸਦੇ ਨੇ, ਮਾਰਦੀ ਪੈਂਦੀ। ਜਹ ਘਰ ਸਾਧਨ ਸੇਵੀ ਹਰ ਕੀ ਸੇਵਾ ਨਾਹੇ, ਇਹ ਕਰਮਾਂ ਨਾਲ ਹੜ ਸਾਰ ਕੇ ਭੂਤ ਵਸੈ ਤਿਨ ਮਾਹੇ। ਜਿੱਥੇ ਪਰਮੇਸ਼ੁਰ ਦੀ ਬੰਦਗੀ ਨਹੀਂ ਨਾ, ਉਹ ਤਾਂ ਕਹਿੰਦੇ ਆਪ ਇਹ ਭੂਤ ਨੇ। ਜੇ ਪੂਜਾ ਰੂਮ ਬਣਾਉਣੇ ਆ ਤਾਂ ਪੂਜਾ ਰੂਮ ਦੇ ਵਿੱਚ ਬਹਿ ਕੇ ਭਾਈ ਪਰਮੇਸ਼ੁਰ ਦੀ ਬੰਦੇ ਵੀ ਕਰਨੀ ਜ਼ਰੂਰੀ ਹੈ, ਇਕੱਲਾ ਦਿਖਾਉਣ ਵਾਸਤੇ ਨਾ ਕਰੀਏ। ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸਕੀਨ, ਅੰਤਕਾਲ ਕਾਟੀ ਕੱਟਿਓ ਵਾਸ ਨਰਕ ਮੋਲੀਨ। ਇਹ ਸਾਡਾ ਜ਼ਿਆਦਾਤਰ ਤਾਂ ਭੇਖ ਵੱਲ ਧਿਆਨ ਰਹਿ ਗਿਆ, ਕਮਾਈ ਵੱਲ ਘੱਟ ਧਿਆਨ ਰਹਿ ਗਿਆ। ਅਸੀਂ ਧਰਮੀ ਤਾਂ ਉੱਪਰੋਂ ਖਵਾਉਂਦੇ ਹਾਂ, ਪਰ ਅੰਦਰੋਂ ਧਰਮੀ ਨਹੀਂ ਹੈ। ਭੇਖ ਸਾਡਾ ਧਰਮੀਆਂ ਵਾਲਾ ਹੈ, ਚਾਹੇ ਉਹ ਭਾਈ ਹੁਣ ਸਾਧੂ ਲੋਕ ਫਿਰਦੇ ਨਾ ਪਿੰਡਾਂ ਦੇ ਵਿੱਚ, ਭਾਈ ਮੰਗਦੇ ਬਗਮੇ ਭਗਮੇ ਭੇਸ ਦੇ ਵਿੱਚ, ਜਾਂ ਕੋਈ ਹੋਰ ਆਦਿਕ ਲੁੱਟਾਂ ਖੋਹਾਂ ਕਰਨ ਵਾਲੇ, ਇੱਦਾਂ ਦਾ ਭੇਖ ਤਾਂ ਬੜਾ ਬਣ ਗਿਆ, ਪਰ ਧਰਮੀ ਨਹੀਂ ਹੈ। ਧਰਮੀ ਬਣਨ ਦੀ ਤੈਨੂੰ ਕੀ ਕਰਨਾ, ਉਹ ਤੂੰ ਚੰਗੇ ਕਰਮ ਕਰ ਲੈ, ਤੈਨੂੰ ਧਰਮਕ ਤਿਆਰ ਕਰਨ ਦੀ ਲੋੜ ਨਹੀਂ ਪੈਣੀ, ਤੂੰ ਆਪਣੇ ਆਪ ਧਰਮੀ ਬਣ ਜਾਂਗੇ। ਤੇਰੇ ਕਰਮ ਸਿੱਧੇ ਹੋ ਜਾਣਗੇ ਜਾਂ ਤੇਰੇ ਕਰਮ ਸਹੀ ਹੋ ਜਾਣਗੇ। ਭਾਈ ਵਿਲਾਕੀ ਦਾਸ ਜੀ ਨੇ ਜਗ੍ਹਾ ਬਣਾਈ ਅਤੇ ਇੱਕ ਕਮਰਾ ਲਈਦਾ ਤਿਆਰ ਕੀਤਾ, ਅਤੇ ਲਈਦਾ ਤਿਆਰ ਕਰਕੇ ਮਹਾਰਾਜ ਦੇ ਪਰੰਗ ਲਾ ਦਿੱਤਾ। ਉੱਥੇ ਵੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਹੋਣਗੇ, ਮਨ ਵਿੱਚ ਹੁਣ ਆਸ ਰੱਖ ਰਿਹਾ ਵਿਲਾਕੀ ਦਾਸ ਪਾਤਸ਼ਾਹ, ਕਿਰਪਾ ਕਰੋ ਜੇ ਦਰਸ਼ਨ ਦੇ ਦੇਵੋ ਨਾ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨੰਦ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਆਹ ਧਾਰਨਾ ਪੜ੍ਹ ਕੇ ਸਮਾਪਤੀ ਕਰਾਂਗੇ, ਇਤਿਹਾਸ ਦੀ ਵਿਚਾਰ ਕੱਲ੍ਹ ਨੂੰ ਕਰਾਂਗੇ। ਵਿਲਾਕੀ ਦਾਸ ਮਹਾਰਾਜ ਨੂੰ ਯਾਦ ਕਰਦਾ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰਦੇ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰਦੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰਦੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, ਵੱਡੇ ਵੱਡੇ ਪਾਪੀ ਤਾਰਦੇ ਪਾਤਸ਼ਾਹ ਕੌਡੇ ਰਾਕਸ਼ ਨੂੰ ਉਤਾਰਿਆ। ਗੁਰੂ ਪਾਤਸ਼ਾਹ ਤੁਸੀਂ ਆਪ ਚੱਲ ਕੇ ਗਏ ਹੋ ਉੱਥੇ, ਕੌਡਾ ਰਾਕਸ਼ ਤਾਂ ਨਹੀਂ ਆਇਆ ਸੀ, ਕਿਉਂਕਿ ਜਿਹਦੇ ਮਹਾਰਾਜ ਕਿਰਪਾ ਕਰ ਜਿਹਨੂੰ ਉਤਾਰਨਾ ਹੋਵੇ ਮਹਾਰਾਜ,
ਤੁਸੀਂ ਕੌਡੇ ਰਾਕਸ ਨੂੰ ਤਾਰਿਆ ਮਹਾਰਾਜ, ਤੁਸੀਂ ਆਪ ਚੱਲ ਕੇ ਗਏ ਹੋ। ਭੂਮੀਆਂ ਚੋਰ ਨੂੰ ਤਾਰਿਆ ਮਹਾਰਾਜ, ਤੁਸੀਂ ਆਪ ਉੱਥੇ ਚੱਲ ਕੇ ਗਏ ਉਸ ਜਗ੍ਹਾ 'ਤੇ, ਉਹ ਵੀ ਤਾਰੇ ਗਏ ਪਾਤਸ਼ਾਹ। ਫਿਰ ਮਹਾਰਾਜ ਸੱਜਣ ਠੱਗ ਨੂੰ ਤਾਰਿਆ, ਤੁਸੀਂ ਆਪ ਚੱਲ ਕੇ ਗਏ ਹੋ ਪਾਤਸ਼ਾਹ, ਸਾਡੇ 'ਤੇ ਵੀ ਕਿਰਪਾ ਕਰਦੇ ਹੋ ਮਹਾਰਾਜ। ਉਹਨੂੰ ਐਡੇ ਐਡੇ ਪਾਪੀ ਤਾਰਤੇ, ਤੁਸੀਂ ਉਹ ਜਗ੍ਹਾ 'ਤੇ ਚਰਨ ਪਾ ਕਰਕੇ ਸੁਹਾਵਣੀ ਬਣਾ ਦਿੱਤੀ ਹੈ, ਆ ਗਰੀਬ ਦੀ ਕੁੱਲੀ ਵਿੱਚ ਵੀ ਚਰਨ ਪਾ ਦਿਓ ਮਹਾਰਾਜ। ਸਾਡੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਪਹਿਲਾਂ ਵਿੱਚ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਮਹਿਲਾਂ ਵਿੱਚ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਮਹਿਲਾਂ ਵਿੱਚ ਰਹਿਣ ਵਾਲਿਆ, ਸਾਡੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਮਹਿਲਾਂ ਵਿੱਚ ਰਹਿਣ ਵਾਲਿਆ। ਦਾਤਾ ਜੀ ਮਹਿਲਾਂ ਵਿੱਚ ਜਾਣ ਵਾਲਿਆ, ਪ੍ਰੀਤਮ ਮਹਿਲਾਂ ਵਿੱਚ ਜਾਣ ਵਾਲਿਆ, ਮਹਿਲਾਂ ਵਿੱਚ ਜਾਣ ਵਾਲਿਆ, ਪ੍ਰੀਤਮ ਮਹਿਲਾਂ ਵਿੱਚ ਜਾਣ ਸਾਡੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਦੀ ਪਾਗ ਤੂੰ ਲਾ ਜਾ, ਪਹਿਲਾਂ ਵਿੱਚ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਪਹਿਲਾਂ ਵਿੱਚ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ, ਪਹਿਲਾਂ ਵਿੱਚ ਜਾਣ ਵਾਲਿਆ, ਅੱਖਾਂ ਦੀ ਕੁੱਲੀ ਨੂੰ ਬਾਗਲਾ ਜਾ, ਮਹਿਲਾਂ ਵਿੱਚ ਜਾਣ ਵਾਲਿਆ। ਪਾਤਸ਼ਾਹ ਤੁਹਾਡੇ ਦਰ ਤਾਂ ਵੱਡੇ ਵੱਡੇ ਰਾਜੇ ਹੱਥ ਜੋੜੀ ਖੜ੍ਹੇ ਨੇ ਵੀ ਸਾਡੇ ਮਹਿਲਾਂ ਵਿੱਚ ਚਰਨ ਪਾਓ, ਗਰੀਬੜੇ ਦੀ ਅਰਦਾਸ ਮਨਜ਼ੂਰ ਕਰੋ ਪਾਤਸ਼ਾਹ, ਕਦੇ ਸਾਡੇ ਘਰ ਆ ਕੇ ਚਰਨ ਪਾਓ, ਮੇਰੇ ਵੀ ਪਾਪ ਧੁੱਲ ਜਾਣ ਮਹਾਰਾਜ, ਤੁਹਾਡੇ ਚਰਨ ਪੈ ਜਾਣ, ਮੇਰੇ ਵੀ ਭਾਗ ਸਵੱਲੇ ਵੜ ਜਾਣ। ਇੱਥੋਂ ਆਪਾਂ ਵਿਚਾਰ ਕਾਹਲੂ ਕਰਾਂਗੇ। ਆਪ ਸੰਗਤੋਂ ਸਮੂਹ ਨਗਰ ਨਿਵਾਸੀਆਂ ਨੂੰ, ਜਥੇ ਵੱਲੋਂ, ਕਮੇਟੀ ਵੱਲੋਂ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਦੀ ਪ੍ਰਕਾਸ਼ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਗੁਰੂ ਸਾਹਿਬ ਰਹਿਮਤ ਕਰਨ, ਕਿਰਪਾ ਕਰਨ ਸਾਡੇ 'ਤੇ ਸਾਰਿਆਂ 'ਤੇ। ਇਸੇ ਤਰ੍ਹਾਂ ਹੀ ਸੰਗਤ ਕਰਨ ਦਾ ਅਤੇ ਸੇਵਾ ਕਰਨ ਦਾ, ਸਿਮਰਨ ਕਰਨ ਦਾ, ਗੁਰੂ ਸਾਹਿਬ ਦੀ ਵਡਿਆਈ ਕਰਨ ਦਾ, ਵਿਚਾਰ ਕਰਨ ਦਾ, ਉਹਦੀ ਮਹਿਮਾ ਕਰਨ ਦਾ ਸਾਨੂੰ ਸਾਰਿਆਂ ਨੂੰ ਮਹਾਰਾਜ ਬਾਲ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ ਪਾਈ।
ਰਾਮ ਕਲੀ ਮਹੱਲਾ ਤੀਜਾ। ਅਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਨ ਬਜੀਆਂ ਬਾਦਾ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਭ ਤਾਗਾ ਬੋਲੀ ਸੇਵਾ ਮਨ ਗੁਰੂ ਦਸਾਇਆ। ਹੈ ਨਾਨਕ ਆਨੰਦ ਹੋਆ ਸੰਤ ਗੁਰੂ ਮੈਂ ਪਾਇਆ। ਇਹ ਮਨ ਮੇਰਾ ਤੂੰ ਸਦਾ ਰੋ ਹਰਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਕਾਰ ਹੋ ਕਰੇ ਤੇਰਾ ਪਾਪ ਸਭ ਸੁਭਾ, ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਵਿਸਾਰੇ। ਆਹ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ, ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ। ਸਦਾ ਸੁਰਤ ਸਲਾਵਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਸਭ ਦੁੱਖ ਨੇ, ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ। ਨਾਮ ਰਾਧਾ ਸਾਚ ਨਾਮ ਆਧਾ, ਮੇਰਾ ਜਿਨ ਭੁੱਖਾਂ ਦਾ ਬੁਖਵਾ, ਹਰ ਸਾਧ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਰਾਣੀ ਜੀ ਦਾ ਗੁਣ ਜਿਸ ਦੀਆਂ ਏ ਵਡਿਆ, ਇਹ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ। ਹਰ ਸਭਾ ਕੈ ਸਭ ਦਵਾਜੇ ਕਲਾ ਜਿਤ ਕਰ ਤਾਰੀਆਂ, ਪੰਚ ਦੂਤ ਦੁਦਵਾਸ ਕੀਤੇ ਕਾਲ ਕੰਡ ਕੁਮਾਰਿਆ। ਸੁਰਕਰਮਾ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿ ਲਾਗੇ, ਕਾਹ ਨਾਨਕ ਦਾ ਸੁਖੋ ਆਦਿ ਖਰੇ ਅਨੁਰਾਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ, ਆਇਆ ਤੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਜਨ ਪਏ ਸਭੇ ਦੂਰੇ ਹੁੰਦੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਨਾਨਕ ਗੁਰ ਜਨ ਲਾਗੇ ਬਾਜੇ ਸਭਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ, ਰਾਧੋਏ ਦਾਈ ਦਾਇਆ ਦਿਲੈ ਸਗਲ ਜਗ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕੋ ਆਪਣੀ ਦੇ ਨਾਮ ਤੇ ਆਇਆ ਗਏ ਮੁਸਾਕਤ ਕਾਲ। ਨਾਨਕ ਤੇ ਮੁਖੀ ਉਜਲੇ ਛੁੱਟੀ ਨਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।